get on my head. Get on my head. Get on my head. Get on my head. Get on my head.ਹਾਂਜੀ ਗਾਈ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਹੋਪ ਸੋ ਤੁਸੀਂ ਸਾਰੇ ਠੀਕ ਹੋਵੋਗੇ। ਅਤੇ ਅੱਜ ਦਾ ਆਪਣਾ ਵਲੋਗ ਆ ਸ਼ੋਲਡਰ ਦੀ ਐਕਸਾਈਜ਼ ਦੇ। ਅੱਜ ਆਪਣੇ ਨਾਲ ਜਾ ਰਿਹਾ ਵਿੱਕੀ ਵੀਰ, ਅਤੇ ਟਾਈਮ ਹੋ ਗਿਆ, ਵੱਜ ਗਿਆ 5 ਵੱਜ ਗਿਆ, ਡਾਈਟ ਆਪਾਂ ਖਾ ਲਈ ਆ, ਅਤੇ ਕਿੱਟ ਹੁਣ ਤਿਆਰ ਕਰੀਏ ਯਾਰ ਆਪਣਾ ਜਿੰਮ ਲਈ, ਪ੍ਰੋਟੀਨ ਵਗੈਰਾ ਲੈ ਲਈਏ ਯਾਰ। ਅੱਜ ਆਪਾਂ ਹੈਵੀ ਵਰਕਆਊਟ ਲਾਉਣਾ ਵਾ, ਆਪਾਂ ਲੈ ਰਹੇ ਹਾਂ ਪ੍ਰੀ ਵਰਕਆਊਟ। ਮੈਂ ਤਾਂ C4 ਦਾ ਯੂਜ਼ ਕਰਨਾ, ਮੈਨੂੰ ਬਾਹਰੋਂ ਗਿਫਟ ਆਇਆ ਸੀ ਆਪਣੇ ਭਾਗੂ ਜੀ ਤੋਂ। ਤੁਸੀਂ ਜੇ ਤਾਂ ਬਿਗਿਨਰ ਹੋ, ਸਟਾਰਟਿੰਗ ਜਿੰਮ ਨਵਾਂ ਨਵਾਂ ਲਾ ਰਹੇ ਹੋ, ਤੁਸੀਂ ਕੋਫੀ ਵੀ ਲੈ ਸਕਦੇ ਜੇ। ਕਾਫੀ ਮੁੰਡੇ ਪੁੱਛਦੇ ਕਿ ਤੁਸੀਂ ਕਿਹੜਾ ਪ੍ਰੀ ਵਰਕਆਊਟ ਯੂਜ਼ ਕਰਦੇ ਹੋ। ਵੈਸੇ ਤਾਂ ਮੇਰੇ ਕੋਲ ਬਲੱਡ ਲੋਕ ਦਾ ਵੀ ਹੈਗਾ ਵਾ, ਪਰ ਉਹ ਮੈਂ ਯੂਜ਼ ਨਹੀਂ ਕਰਨ ਦਿਆ। ਜਦੋਂ ਵੀ ਤੁਸੀਂ ਪ੍ਰੀ ਵਰਕਆਊਟ ਲੈਣਾ, ਜੇ ਤਾਂ ਤੁਸੀਂ ਹਜੇ ਨਵੇਂ ਨਵੇਂ ਜਿੰਮ ਲਾਉਣਾ ਚਾਲੂ ਕੀਤਾ, ਪਰ ਤੁਸੀਂ ਘੱਟੋ ਘੱਟ ਹਾਫ ਸਕੂਪ ਲੈਣਾ, ਪਰ ਮੈਂ ਫੁੱਲ ਸਕੂਪ ਲੈ ਰਿਹਾ। ਜਿੰਮ ਲਾਉਣ ਤੋਂ ਘੱਟੋ ਘੱਟ 15-20 ਮਿੰਟ ਪਹਿਲੇ ਪੀ ਲਿਆ ਕਰੋ। ਹਾਂਜੀ ਤਿਆਰੀ ਕਰ ਜਿੰਮ, ਪਰ ਤੇਰਾ ਨਾਲ ਮੈਂ ਮਾਮਾ ਵੀਡੀਓ 'ਚ ਬੋਲਿਆ ਨਹੀਂ ਸੀ ਕਿ ਤੂੰ ਵੀ ਅੱਜ ਜਿੰਮ ਲਾ ਲਗਾ, ਤੂੰ ਕਿੱਧਰੋਂ ਆ ਗਿਆ? ਹੈਲੋ, ਹਾਂ ਤੇਰਾ ਸਟੈਮਿਨਾ ਕਿਹੋ ਜਿਹਾ ਬਰਕਰਾਰ ਹੈ ਕਿ ਨਹੀਂ? ਜੇ ਆਪਾਂ ਕੋਸ਼ਿਸ਼ ਕਰਨੀ ਹੈ ਕਿ ਹਾਂ ਵੀ ਸ਼ੋਲਡਰ 'ਚ 80 ਕਿਲੋ ਦੇ ਆਪਾਂ ਘੱਟੋ ਘੱਟ 5-6 ਰੈਪ ਲਾਈਏ, ਕਿਉਂਕਿ ਲਾਸਟ ਟਾਈਮ ਆਪਾਂ 2 ਰੈਪ ਲਾਏ ਸੀ, ਘੱਟੋ ਘੱਟ 5-6 ਰੈਪ ਲਾਉਣੇ ਆਪਾਂ ਸ਼ੋਲਡਰ 'ਤੇ। ਚਲੋ ਬਾਕੀ ਮਿਲਦੇ ਹਾਂ ਤੁਹਾਨੂੰ, ਖਾਣੇ ਜਿੰਮ ਦੀ ਐਕਸਰਸਾਈਜ਼। ਕਿੰਨੇ ਰੈਪ ਲਾ ਪਾਉਂਦੇ? ਟੋਟਲ 4 ਰੈਪ ਲੱਗੇ, ਅਗਲੀ ਟਰਾਈ ਮਾਰਾਂਗੇ ਘੱਟੋ ਘੱਟ 7-8 ਰੈਪ ਮਿਲਾ ਦੀ।
ਸਖਤ ਲੋਂਡਾ ਅੱਜ ਤੋਂ ਬਾਅਦ ਤੈਨੂੰ ਸਿੱਧਾ ਪੀਜ਼ਾ ਖਵਾਉਣਾ ਵੇਖੀ ਹੋ ਗਿਆ ਆਪਣਾ ਕੰਪਲੀਟ ਅੱਜ ਸੋਚਿਆ ਸੀ ਕਿ 80 ਕਿਲੋ ਦੇ ਆਪਾਂ ਲਾਵਾਂਗੇ 5-6 ਰੈਪ ਪਰ ਚਲੋ 4 ਰੈਪ ਲੱਗੇ ਆਪਣੇ ਵਿੱਕੀ ਵੀਰ ਹਜੇ ਥੋੜ੍ਹਾ ਕਮਜ਼ੋਰ ਆ ਬਣਾ ਹਜੇ ਨਵਾਂ ਹਜੇ ਕਾਫੀ ਦਿਨ ਬਾਅਦ ਜੁਆਇਨ ਕੀਤਾ ਨੇ ਤਿਆਰੀ ਆ ਫਿਰ ਹਫ਼ਤੇ ਤੱਕ ਹੋ ਜਾਏਗਾ ਨਾ ਸੈੱਟ ਹੁਣ ਪੀਨੇ ਪ੍ਰੋਟੀਨ ਲੈਂਦੇ ਹਾਂ ਪ੍ਰੋਟੀਨ ਲੈਂਦਾ